ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਤੋਂ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਅੱਜ ਗਿੱਦੜਬਾਹਾ ਤੇ ਬਾਕੀ ਜਿਹੜੀਆਂ ਜ਼ਿਮਨੀ ਚੋਣਾਂ ਉਹਨਾਂ ਦੇ ਨਤੀਜੇ ਸਾਹਮਣੇ ਆ ਜਾਣਗੇ। ਕੱਲ ਵੀ ਅਸੀਂ ਚਰਚਾ ਕੀਤੀ ਸੀਗੀ, ਹਾਲਾਤ ਉਹੋ ਜਿਹੇ ਹੀ ਨੇ, ਜਦੋਂ ਹੁਣ ਪਟਾਰਾ ਖੁੱਲੇਗਾ ਫਿਰ ਪਤਾ ਲੱਗੇਗਾ ਪ੍ਰੋਫੈਸਰ ਸਾਹਿਬ ਕਿ ਬਣਦਾ ਕੀ ਹੈ। ਪਰ ਜੋ ਆਪਾਂ ਬਾਕੀ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ, ਨਾਲ ਕਿ ਚੱਲ ਕੀ ਰਿਹਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ। ਨਵੇਂ ਪ੍ਰਧਾਨ ਤੇ ਚਲੋ ਬਣ ਗਏ, ਹੁਣ ਉਹ ਕਹਿੰਦੇ ਕਿ ਨਗਰ ਨਿਗਮ ਦੀਆਂ ਚੋਣਾਂ ਅੱਗੇ ਆ ਰਹੀਆਂ, ਇਲੈਕਸ਼ਨ ਮੋਡ 'ਚ ਹੀ ਰਹਿਣਾ, ਹੁਣ ਮੁੜ ਕੇ ਫਿਰ ਉੱਧਰ ਨੂੰ ਦਿੱਲੀ ਵੱਲ ਨੂੰ ਤੁਰ ਪੈਣਾ, ਦਿੱਲੀ ਦੀਆਂ ਇਲੈਕਸ਼ਨਸ ਨੇ। ਇਹਨਾਂ ਹਾਲਾਤਾਂ ਦੇ ਵਿੱਚ ਜੇ ਅਸੀਂ ਇਹਨਾਂ ਇਲੈਕਸ਼ਨ ਦੇ ਚਲੋ ਨਤੀਜੇ ਤਾਂ ਜਿਹੋ ਜਿਹੇ ਨਿਕਲ ਕੇ ਸਾਹਮਣੇ ਆਉਣਗੇ ਜਾਂ ਜੋ ਲੋਕ ਰਿਪੋਰਟਾਂ ਦੇ ਰਹੇ ਨੇ, ਉਹਨਾਂ ਨੂੰ ਸਮਝਣਾ ਚਾਹੀਏ ਕਿ ਕੀ ਪੰਜਾਬ ਵਾਕਈ ਅੱਗੇ ਵੱਧਦਾ ਨਜ਼ਰ ਆ ਰਿਹਾ ਜਾਂ ਪੰਜਾਬ ਬਿਲਕੁਲ ਹੋਰ ਜ਼ਿਆਦਾ ਜਿਵੇਂ ਕਹਿੰਦੇ ਕਿ ਪਤਾਲਾਂ ਦੇ ਵਿੱਚ ਧੱਕਿਆ ਜਾ ਰਿਹਾ, ਜਿੱਥੋਂ ਕੋਈ ਰਾਹ ਬਣਦਾ ਨਜ਼ਰ ਨਹੀਂ ਆਉਂਦਾ, ਕਿ ਉੱਪਰਲੇ ਜਸ਼ਨ ਹੀ ਨਹੀਂ ਮੁੱਕਦੇ ਪਾ ਆਪਣੇ ਆਮ ਆਦਮੀ ਪਾਰਟੀ ਵਾਲਿਆਂ ਦੇ ਕਿ ਲੋਕਾਂ ਦੇ ਵਿੱਚ ਕੀ ਬਣ ਰਿਹਾ ਜਾਂ ਲੋਕਾਂ ਨਾਲ ਕੀ ਹੋ ਰਿਹਾ, ਜਿਵੇਂ ਹਸਪਤਾਲਾਂ ਦੇ ਘਪਲੇ ਆ ਗਏ ਜਾਂ ਹੋਰ ਘਪਲੇ ਆ ਗਏ। ਮੈਂ ਤੁਹਾਨੂੰ ਇੰਨੀ ਗੱਲ ਦੱਸ ਦੇਣਾ ਸੁਖਵਿੰਦਰ, ਜੇ ਸਾਡੇ ਪੋਲੀਟੀਸ਼ੀਅਨ ਨਾ ਸੁਧਰੇ ਇੱਥੇ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਇਹੋ ਜਿਹਾ ਭੁਚਾਲ ਆਊਗਾ, ਕਿਸੇ ਕੋਲ ਸਾਹਮਣਾ ਆਊ, ਸਾਂਭਿਆ ਨਹੀਂ ਜਾਣਾ, ਕਿਉਂਕਿ ਲੋਕ ਦੁਖੀ ਇੰਨੇ ਹੋ ਜਾਂਦੇ, ਉਹ ਕਹਿੰਦੇ ਇਹਦੇ ਨਾਲ ਤਾਂ ਮਰੇ ਜਾਓ, ਇਹਦੇ ਨਾਲ ਲੜ ਪਾਓ, ਇੱਕ ਦੇ ਖੂਨ ਖਰਾਬਾ ਕਰਨਾ ਤੇ ਕਰ ਲਓ, ਜਾਂ ਤੇ ਇੱਥੇ ਜਿਵੇਂ ਅੰਮ੍ਰਿਤਪਾਲ ਵੇਲੇ ਇਕਦਮ ਹਨੇਰੀ ਜੀ ਹੋਰੀ ਕਿਸਮ ਦੀ ਸ਼ੁਰੂ ਹੋ ਗਈ ਸੀ, ਜਾਂ ਤੇ ਉੱਧਰ ਦਾ ਕੰਮ ਸ਼ੁਰੂ ਹੋ ਜਾਊਗਾ, ਲਾ 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 ਲਾ, ਚੱਕੋ ਵੇ ਮਾਰੋ ਵੇ, ਨਹੀਂ ਹਟਦੇ ਲੋਕ ਦੁਖੀ ਹੋਏ, ਕੁਛ ਨਾ ਕੁਛ ਮਰਦਾ ਕੀ ਨਹੀਂ ਕਰਦਾ ਜਿਹਨੂੰ ਕਹਿੰਦੇ, ਜਾਂ ਇੱਥੇ ਕੋਈ ਇਹੋ ਜਿਹੀ ਕਮਿਊਨਲ ਚੀਜ਼ਾਂ ਛਿੜ ਜਾਣਗੀਆਂ। ਹੁਣ ਆ ਜਿਸ ਤਰ੍ਹਾਂ ਕੁੰਬੜੇ ਦੇ ਵਿੱਚ ਛਿੜਿਆ ਹੋਇਆ, ਤੁਸੀਂ ਜਾਣਦੇ ਵੀ ਉਹ ਕਦੀ ਕਦੀ ਖਹਿਰਾ ਆਪਣੀ ਤੂਤਣੀ ਵਜਾ ਦਿੰਦਾ, ਲੱਖਾ ਸਿਧਾਣਾ ਆਪਣੀ ਤੂਤਣੀ ਵਜਾਈ ਜਾਂਦਾ, ਉਹ ਉੱਧਰ ਟਰੰਪ ਵਜਾਈ ਜਾਂਦਾ ਅਮਰੀਕਾ 'ਚ, ਉੱਧਰ ਟਰੂਡੋ ਕਹੀ ਜਾਂਦਾ ਮੈਂ ਛੱਡਣੇ ਨਹੀਂ ਵਾਪਸ ਭੇਜ ਦੇਣੇ ਆ, ਇਸੇ ਤਰ੍ਹਾਂ ਹੀ ਜਰਮਨੀ 'ਚ ਆ, ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਆ, ਸਾਰੇ ਬੰਦੇ ਆਪਣੇ ਆਪਣੇ ਬੈਰੀਕੇਡ ਖੜੇ ਕਰੀ ਜਾਂਦੇ ਆ। ਹੁਣ ਸਾਡੇ ਕੀ ਆਰਗੂਮੈਂਟ ਲੈਂਦੇ, ਸਾਨੂੰ ਜੀ ਬਾਹਰ ਜ਼ਮੀਨਾਂ ਨਹੀਂ ਲੈਣ ਦਿੰਦੇ, ਕਿਉਂ ਨਹੀਂ ਲੈਣ ਦਿੰਦੇ, ਕੁਛ ਕੁ ਏਰੀਏ ਪ੍ਰੋਹਿਬਿਟਡ ਹਿੱਲੀ ਏਰੀਏ ਹੈਗੇ ਜਿਹੜੇ ਇਕੋ ਸੈਂਸਿਟਿਵ ਜ਼ੋਨ ਹੈਗੇ, ਬਾਕੀ ਤੁਹਾਨੂੰ ਜ਼ਮੀਨ ਲੈਣ ਲਈ ਕਿੱਥੇ ਨਹੀਂ, ਕਿੱਥੇ ਰੋਕਦੇ ਆ, ਲੋਕਾਂ ਨੇ ਸਾਊਥ ਵਿੱਚ ਜ਼ਮੀਨਾਂ ਲਈਆਂ ਜਾਂ ਕਰਨਾਟਕਾ 'ਚ ਲਈਆਂ, ਮਹਾਰਾਸ਼ਟਰਾ 'ਚ ਲਈਆਂ, ਜਾ ਕੇ ਪੰਜਾਬੀਆਂ ਨੇ ਮੱਧ ਪ੍ਰਦੇਸ਼ 'ਚ ਲਈਆਂ, ਰਾਜਸਥਾਨ 'ਚ ਲਈਆਂ, ਯੂਪੀ 'ਚ ਤੇ ਬਹੁਤ ਵੱਡੇ ਏਰੀਏ 'ਚ ਲਈਆਂ, ਉੱਤਰਾਖੰਡ 'ਚ ਲਈਆਂ, ਕਿੱਥੇ ਜ਼ਮੀਨਾਂ ਤੁਹਾਨੂੰ ਲੈਣ ਤੋਂ ਰੋਕਦੇ ਆ ਬਈ, ਤੁਸੀਂ ਉੱਥੇ ਵੋਟਾਂ ਪਾਉਂਦੇ ਆ ਕਿ ਨਹੀਂ ਪਾਉਂਦੇ, ਵੋਟਾਂ ਪਾਉਂਦੇ ਆ। ਹੁਣ ਇੱਥੇ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ, ਭਈਏ ਆ ਗਏ, ਭਈਏ ਆ ਗਏ, ਪਹਿਲਾਂ ਉਹ ਪਿੰਡ ਵਾਲਾ ਰੌਲਾ ਚੱਲਿਆ, ਉਹ ਵੀ ਮੋਹਾਲੀ ਦੇ ਨੇੜੇ ਚੱਲਿਆ, ਹੁਣ ਇਹ ਵੀ ਮੋਹਾਲੀ ਦੇ ਅੰਦਰ ਆ ਪਿੰਡ ਜਿਹੜਾ ਕੁੰਬੜਾ, ਮੇਰਾ ਖਿਆਲ ਨਾਲ ਸੈਕਟਰ 'ਚ ਪੈਂਦਾ ਆ, ਅਤੇ ਉੱਥੇ ਹੁਣ ਆਹ ਚੱਲ ਪਿਆ ਕਿ ਪ੍ਰਵਾਸੀਆਂ ਨੇ, ਭਈ ਕ੍ਰਿਮੀਨਲ ਪ੍ਰਵਾਸੀ ਵੀ ਹੋ ਸਕਦਾ, ਆਪਣਾ ਵੀ ਹੋ ਸਕਦਾ, ਕ੍ਰਿਮੀਨਲ ਤਾਂ ਕ੍ਰਿਮੀਨਲ ਆ, ਤੁਸੀਂ ਉਹਨੂੰ ਬ੍ਰੈਂਡ ਕਰਕੇ ਇੱਕ ਇਹੋ ਜਿਹੀ ਭਾਵਨਾ ਦੇ ਰਿਹਾ ਕਿ ਇਹਨਾਂ ਨੂੰ ਮਾਰ ਕਟਾਉਣਾ ਸ਼ੁਰੂ ਕੰਮ ਕਰ ਦਿਓ, ਅਤੇ ਤੁਹਾਡਾ ਬਣਨਾ ਕੀ ਹੈ, ਇੰਡਸਟਰੀ 'ਚ ਜਾ ਕੇ ਲੁਧਿਆਣੇ 'ਚ ਦੇਖੋ, ਵੱਡੇ ਪੱਧਰ 'ਤੇ ਬਹੁਤ ਹੀ ਗੰਦੀਆਂ ਹਾਲਤਾਂ 'ਚ ਰਹਿ ਕੇ, ਬਹੁਤ ਹੀ ਮਾੜੀਆਂ ਹਾਲਤਾਂ 'ਚ ਰਹਿ ਕੇ, ਜਾਨਵਰ ਵੀ ਉਸ ਹਾਲਤ ਵਿੱਚ ਨਾ ਬਚਣ ਜਿਹੋ ਜਿਹੀਆਂ 'ਚ ਪ੍ਰਵਾਸੀ ਮਜ਼ਦੂਰ ਉੱਥੇ ਰਹਿੰਦੇ ਆ, ਜਾ ਕੇ ਦੇਖਿਓਗੇ, ਜਿਹੜੇ ਬੰਬੇ 'ਚ ਕਿਸੇ ਵੇਲੇ ਚੌਲ ਸਿਸਟਮ ਹੁੰਦਾ ਸੀ ਉਸ ਕਿਸਮ ਦਾ ਆ, ਜਾਣੀ 10 ਕਮਰੇ ਆ, 8x10 ਦੇ 10 ਕਮਰੇ ਆ, 8-8, 10-10 ਬੰਦੇ ਰਹਿੰਦੇ 3-3 ਸ਼ਿਫਟਾਂ 'ਚ, ਅਤੇ ਉਹਨਾਂ ਲਈ ਇੱਕ ਬਾਥਰੂਮ ਆ, ਇੱਕ ਲੈਟਰਿਨ ਆ, 10 ਘਰਾਂ ਲਈ, ਤੁਸੀਂ ਹਿਸਾਬ ਲਾ ਲਓ ਵੀ ਕੀ ਕਰਦੇ ਹੋਣਗੇ, ਕਿਸ ਤਰੀਕੇ ਨਾਲ ਰਹਿੰਦੇ ਹੋਣਗੇ,
ਤੇ ਬੰਦਾ ਇੱਕ ਥੱਲੇ ਬਿਠਾਇਆ ਪੈਸੇ ਇਕੱਠੇ ਕਰਨ ਲਈ, ਸ਼ੇਰਪੁਰ ਕਲੋਨੀਆਂ ਜਿਹੜੀਆਂ ਬੇਟੀਆਂ, ਜਾ ਕੇ ਦੇਖੋ ਉਹਨਾਂ ਦੀ ਹਾਲਤ ਕੀ ਹੈ, ਕੋਈ ਖਿੜਕੀ ਨਹੀਂ, ਕੋਈ ਕੁਛ ਨਹੀਂ, ਇਹ ਰਹਿਣਾ ਜੀਵਨ ਆ ਕੋਈ? ਉਹ ਬੰਦੇ ਇਸ ਜੀਵਨ ਚ ਰਹਿ ਰਹੇ ਆ, ਤੇ ਆਪਾਂ ਨੂੰ, ਮੈਨੂੰ ਇਹ ਨੀ ਮੈਂ ਕਹਿ ਰਿਹਾ ਕਿ ਮੈਂ ਉਹਨਾਂ ਦਾ, ਮੇਰਾ ਮਜ਼ਦੂਰਾਂ ਤੇ ਕੰਮ ਆ ਸਾਰੀ ਉਮਰ ਕੀਤਾ, ਟਰੇਡ ਯੂਨੀਅਨ ਤੇ ਕੰਮ ਕੀਤਾ, ਦਲਿਤਾਂ ਤੇ ਕੰਮ ਕੀਤਾ, ਮੇਰੀ ਰਿਸਰਚ ਸਾਰੀ ਉਮਰ ਬੰਧੂਆ ਮਜ਼ਦੂਰਾਂ ਤੇ ਕੀਤਾ, ਜਿਹੜੀਆਂ ਮਨਰੇਗਾ ਜਾਂ ਇਸ ਕਿਸਮ ਦੇ ਜਿਹੜੇ ਵੀ ਪੀੜਿਤ ਲੋਕ ਆ, ਸਾਰੀ ਉਮਰ ਮੈਂ ਰਿਸਰਚ 30-35 ਸਾਲ ਕਰਕੇ ਮੈਂ ਉਸ ਅਨੁਭਵ ਚੋਂ ਤੁਹਾਡੇ ਨਾਲ ਗੱਲ ਕਰ ਰਿਹਾ। ਆਪਾਂ ਜੇ ਇਹਨਾਂ ਨੂੰ ਕੱਢ ਦਿਆਂਗੇ ਤੇ ਇੰਡਸਟਰੀ ਚੱਲ ਜੂਗੀ ਤੁਹਾਡੀ? ਉਹਦੇ ਪਹਿਲਾਂ ਨੀ ਕੋਈ ਆਉਣ ਨੂੰ ਫਿਰਦਾ? ਤੇ ਜੇ ਪਿੰਡਾਂ ਚੋਂ ਪ੍ਰਵਾਸੀ ਮਜ਼ਦੂਰਾਂ ਨੂੰ ਕੱਢ ਦੋਗੇ, ਝੋਨਾ ਲਾ ਲੋਗੇ, ਮਸ਼ੀਨਾਂ ਨਾਲ ਤੇ ਲੱਗਦਾ ਨੀ, ਹੱਥ ਨਾਲ ਲਾਉਣਾ ਪੈਂਦਾ, ਫਿਰ ਕੀ ਕਰੋਗੇ? ਤੇ ਆਪਾਂ ਉਹ ਕੰਮ ਨਾ ਕਰੀਏ ਜਿਹੜਾ ਪਹਿਲਾਂ ਹੀ ਅਸੀਂ ਫਸੇ ਹੋਏ ਹਾਂ, ਅਸੀਂ ਉਹਦੇ ਨਾਲ ਇੱਕ ਹੋਰ ਫਸਾਦ ਖੜਾ ਕਰ ਲਈਏ। ਇਹ ਜੀ ਉਹਨੂੰ ਕਿਹੋ ਜਿਹੀਆਂ ਭਾਵਨਾਵਾਂ ਦਿੱਤੀਆਂ ਜਾ ਰਹੀਆਂ, ਇਹ ਬੰਦੇ ਬੜੇ ਇੱਕ ਨਿੱਜੀ ਜੀ ਰਾਜਨੀਤੀ ਕਰਦੇ ਆ, ਹੈ ਨਾ? ਜਿਸ ਤਰ੍ਹਾਂ ਹੁਣ ਗੈਂਗਸਟਰ ਆ, ਉਹਨਾਂ ਦੀ ਇੱਕ ਨਿੱਜੀ ਪੋਲੀਟਿਕਸ ਆ, ਉਹਨੂੰ ਮਾਰਤਾ, ਉਹਦੇ ਕਰ ਲਿਆ, ਲਵਾਤਾ, ਯਾਰਾਂ ਦਾ ਹੀ ਕੰਮ ਆ, ਉਹ ਮੈਂ ਮਾਰਿਆ ਭਾਵੇਂ ਮਾਰਿਆ ਨਾ ਹੀ ਹੋਵੇ, ਤਾਂ ਕਿ ਉਹਨਾਂ ਦਾ ਤੇ ਫਰੋਤੀ ਲੈਣ ਦਾ ਰੇਟ ਹੋਰ ਵੱਧ ਜਾਂਦਾ, ਉਦੋਂ ਹੀ ਨਹੀਂ ਜਿੱਦਣ ਉਹਨਾਂ ਦੇ ਮਰਡਰਾਂ ਦਾ ਨੰਬਰ ਵੱਧੇ ਉਹਨਾਂ ਹੀ ਫਰੋਤੀ ਦਾ ਰੇਟ ਵੱਧ ਜਾਂਦਾ, ਇਹ ਕੰਮ ਚੱਲਦਾ। ਆਪਾਂ ਇਹੋ ਜਿਹੇ ਕੰਮਾਂ 'ਚ ਨਾ ਪਾਈਏ, ਸਮਾਜ ਨੂੰ ਸਾਂਭੀਏ। ਸਿੱਖੀ ਦੀ ਪਰੰਪਰਾ ਆ, ਅਸੀਂ ਤਾਂ ਲੰਗਰ ਲਾ ਲਾ ਕੇ ਲੋਕਾਂ ਨੂੰ, ਗਰੀਬਾਂ ਨੂੰ ਰੋਟੀ ਖਵਾਉਂਦੇ ਹਾਂ ਔਰ ਸਾਰਿਆਂ ਨੂੰ ਪਿਆਰ ਕਰਦੇ ਹਾਂ। ਆਪਾਂ ਨਫ਼ਰਤ ਦੀ ਪੋਲੀਟਿਕਸ ਕਦੋਂ ਤੋਂ ਕਰਨ ਲੱਗ ਪਏ? ਐਕਸਕਲੂਸਿਵ ਪੋਲੀਟਿਕਸ ਕਦੋਂ ਕਰਨ ਲੱਗ ਪਏ? ਇਹਦਾ ਅਸਰ ਕੀ ਹੋਊਗਾ, ਇਹ ਕਦੀ ਸੋਚਿਆ? ਇਸ ਕਰਕੇ ਅੱਜ ਸਾਰਾ ਇੰਡੀਆ, ਅਸੀਂ ਟਰਾਂਸਪੋਰਟ ਆ, ਸਾਡੇ ਕੋਲ ਟਰੱਕਾਂ ਦੀ ਟਰਾਂਸਪੋਰਟ ਆ, ਕਲਕੱਤੇ ਤੱਕ ਜਾਂਦੇ ਹਾਂ, ਜਾ ਕੇ ਸਾਊਥ ਤੱਕ ਜਾਂਦੇ ਹਾਂ, ਮਹਾਰਾਸ਼ਟਰਾ ਤੱਕ ਜਾਂਦੇ ਹਾਂ, ਕਿੰਨੇ ਟਰਾਂਸਪੋਰਟਰ ਆ, ਕਿੰਨੀ ਇੰਪਲਾਇਮੈਂਟ ਮਿਲੀ ਹੋਈ ਹੈ ਸਾਨੂੰ, ਉਹ ਕਿੱਥੇ ਆ, ਹਰਿਆਣੇ 'ਚੋਂ ਨਹੀਂ ਨਿਕਲ ਦੇਣਗੇ ਅਗਲੇ, ਜੇ ਇਹੋ ਜਿਹਾ ਕੰਮ ਕਰਾਂਗੇ ਅਸੀਂ। ਆਪਾਂ ਆਪਣੇ ਆਪ ਨੂੰ ਟਾਰਗੇਟ ਹੋਣ ਤੋਂ ਬਚਾਈਏ। ਸਿਰਫ 2% ਆ ਇੰਡੀਆ 'ਚ, ਅਸੀਂ ਐਵੇਂ ਨਾ ਆਪਣੇ ਆਪ ਨੂੰ 200% ਸਮਝੀ ਜਾਈਏ, ਤੇ 2% ਆ ਤੇ ਆਪਾਂ, ਆਪਾਂ ਨੂੰ ਇਹ ਨਹੀਂ ਕਿ ਮੈਂ ਕਹਿ ਰਿਹਾ ਕਿ ਆਪਾਂ ਡਰੀਏ ਜਾਂ ਹੁਣ ਚਿਪਕੇ ਰਹਿਣ ਲੱਗ ਜਾਈਏ ਜਾਂ ਥੱਲੇ ਲੱਗ ਜਾਈਏ, ਇਹ ਨਹੀਂ ਮੈਂ ਗੱਲ ਇਹ ਨਹੀਂ ਸੁਜੈਸਟ ਕਰ ਰਿਹਾ। ਪਰ ਜੇ ਆਪਾਂ ਸੱਚੀ ਮੁੱਚੀ ਵਿਕਾਸ ਕਰਨਾ ਤੇ ਆਪਾਂ ਮੁੱਦਿਆਂ ਤੇ ਪੰਜਾਬ ਨੂੰ ਇੱਕ ਵਧੀਆ ਸੂਬਾ ਬਣਾਈਏ ਤੇ ਉਹਦੇ 'ਤੇ ਵੱਧ ਤੋਂ ਵੱਧ ਇਨਵੈਸਟਮੈਂਟ ਕਿਵੇਂ ਆਉਂਦੀ ਹੈ। ਹੁਣ ਇਹ ਗੌਰਮੈਂਟ ਦਾ ਵੀ ਟੈਸਟ ਇਹੀ ਸੀਗਾ ਤੇ ਉਹ ਸਾਨੂੰ ਪੂਰਾ ਹੁੰਦਾ ਦਿਖਿਆ ਨਹੀਂ। ਮੈਂ ਤਾਂ ਹੀ ਆਪਾਂ ਗੱਲ ਵਾਪਸ ਉੱਥੇ ਆ ਜਾਂਦੇ ਹਾਂ ਕਿ ਇਹ ਸਾਰਾ ਕੁਛ ਸਾਨੂੰ ਦੇਖਣ ਤੋਂ, ਜੇ ਇਹਨਾਂ ਨੇ ਆ ਜਿਹੜੇ ਹੋਰ 2-2.5 ਸਾਲ ਬਚੇ ਆ, ਮੈਨੂੰ ਇੰਜ ਲੱਗਦਾ ਕਿ ਜੇ ਨਾ ਸੁਧਰੇ ਤੇ ਲੋਕਾਂ ਨੇ ਕਿਸੇ ਨਾ ਕਿਸੇ ਪਾਸੇ ਨੂੰ ਕੋਈ ਰਾਹ ਕੱਢ ਲੈਣਾ, ਭਾਵੇਂ ਉਹ ਖਾਲਿਸਤਾਨ ਦਾ ਕੱਢ ਲਏ, ਭਾਵੇਂ ਉਹ ਸਿੱਖ ਜਿਹੜੇ ਅੱਗੇ ਮਿਲੀਟੈਂਸੀ ਦਾ ਆ ਜਾਏ, ਤੇ ਜਾਂ ਭਾਵੇਂ ਕੋਈ ਹਿੰਦੂ ਮੁਸਲਿਮ ਦਾ ਆ ਜਾਏ, ਹਾਲਾਂਕਿ ਉਹ ਸੌਖਾ ਨਹੀਂ ਪੰਜਾਬ ਦੇ ਵਿੱਚ, ਕਿਉਂਕਿ ਸਾਡਾ ਬਹੁਤ ਨੇੜਤਾ, ਬੜਾ ਗਣਿਸ਼ਠ ਰਿਸ਼ਤੇ ਆ ਇੱਕ ਦੂਜੇ ਦੇ ਨਾਲ, ਉਹ ਨਹੀਂ ਹੋ ਸਕਦਾ। ਪਰ ਇਹੋ ਜਿਹਾ ਵੀ ਇਹਨਾਂ ਨੂੰ ਭਜਾਓ, ਇਹਨਾਂ ਨੂੰ ਭਜਾਓ, ਬਾਹਰੀ ਪ੍ਰਵਾਸੀ ਮਜ਼ਦੂਰਾਂ ਨੂੰ ਭਜਾਓ, ਉਹ ਵੀ ਸਾਡੇ ਲਈ ਬਹੁਤ ਫੇਟਲ ਤੇ ਆਪਣਾ ਆਤਮਘਾਤੀ ਹੋਊਗਾ। ਇਸ ਲਈ ਇਹ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਜ਼ਰੂਰੀ ਆ ਕਿ ਕਿਤੇ ਨਾ ਕਿਤਿਓਂ ਸਹਿਜ ਦੇ ਨਾਲ ਸ਼ੁਰੂ ਕੀਤਾ ਜਾਏ। ਹਾਲਾਂ ਤੱਕ ਤੇ ਇਹਨਾਂ ਦੀ ਪਿਕਚਰ ਨਿਰਾਸ਼ਾਜਨਕ ਹੀ। ਜਿਹੜਾ ਬਠਿੰਡੇ ਹਾਲਾਤ ਤੁਸੀਂ ਦੇਖ ਰਹੇ ਹੋ, ਦੂਨੇ ਵਾਲਾ ਚ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਪੁਲਿਸ ਵੱਲੋਂ ਕਿਸਾਨਾਂ ਤੇ, ਕਹਿੰਦੇ ਮੁਆਵਜ਼ਾ ਤਾਂ ਦਿੱਤਾ ਜਾ ਚੱਕਿਆ ਉਹ ਭਾਰਤਮਾਲਾ ਪ੍ਰੋਜੈਕਟ ਦਾ, ਜ਼ਮੀਨਾਂ ਦਾ, ਪਰ ਉਹ ਫੇਰ ਦੁਬਾਰਾ ਕਿਸਾਨ ਕਿਉਂ ਇਸ ਪਾਸੇ ਵੱਲ ਨੂੰ ਤੁਰ ਰਹੇ ਨੇ? ਉਹੀ ਗੱਲ ਕਿ ਮੌਕਾ ਮਿਲ ਜਾਂਦਾ ਉਹਨਾਂ ਤਾਕਤਾਂ ਨੂੰ ਕਿ ਜੀ ਇਹ ਪੰਜਾਬ ਦੇ ਵਿੱਚ ਨਿਵੇਸ਼ ਨਹੀਂ ਹੋਣ ਦਿੰਦੇ, ਜਾਂ ਪੰਜਾਬ 'ਚ ਮਾਹੌਲ ਖਰਾਬ ਕਰਦੇ ਨੇ, ਜਾਂ ਜਾਣ ਬੁੱਝ ਕੇ ਕੋਈ ਨਾ ਕੋਈ ਖੜਕਾ ਕਰੀ ਰੱਖਦੇ ਨੇ।
ਦੇਖੋ ਸੁਖਵਿੰਦਰ, ਗੱਲ ਬੜੀ ਸਾਫ਼ ਹੈਗੀ ਆ। ਥੋੜ੍ਹਾ ਜਿਹਾ ਸਾਡੇ ਵੀਰਾਂ ਕਿਸਾਨਾਂ ਨੂੰ ਸੋਚਣਾ ਚਾਹੀਦਾ, ਯੂਨੀਅਨਾਂ ਸੋਚਣਾ ਚਾਹੀਦਾ। ਸਾਰੀ ਜਗ੍ਹਾ 'ਤੇ ਸੜਕ ਬਣ ਗਈ ਹੈ, ਸੜਕ 'ਤੇ ਹੁਣ ਇੱਥੇ ਵੀ ਬਣਨੀ ਹੈ, ਟੋਟਾ ਖਾਲੀ 'ਤੇ ਰਹਿਣਾ ਨਹੀਂ। ਆਪਾਂ ਉਹੋ ਜਿਹਾ ਕੋਈ ਰਾਹ ਕੱਢ ਲਈਏ ਜਿਹਦੇ ਨਾਲ ਕਿਸਾਨਾਂ ਨੂੰ ਕਿਸਾਰਾ ਵੀ ਨਾ ਲੱਗੇ, ਅਤੇ ਐਵੇਂ ਨਾ ਲੱਗੇ ਕਿ ਆਪਣੀ 24 ਘੰਟੇ ਅਸੀਂ ਟਿੰਡ 'ਚ ਕਾਨਾ ਪਾ ਕੇ ਰੱਖਦੇ। ਇੱਕ ਹੱਦ ਤੋਂ ਬਾਹਰ, ਮਤਲਬ ਆਪਾਂ ਉਸ ਦਾ, ਸਾਡੇ ਕਿਸਾਨ ਲੀਡਰ ਆ, ਸਾਡੇ ਕੋਲ 2 ਸੰਯੁਕਤ ਕਿਸਾਨ ਮੋਰਚੇ ਹੈਗੇ ਆ, ਦੋਵੇਂ ਰਲ ਕੇ ਬੈਠ ਜਾਣ ਇਸ ਗੱਲ 'ਤੇ। ਕਿਸਾਨਾਂ ਨੂੰ ਕਿਸਾਰਾ ਨਹੀਂ ਲੱਗਣਾ ਚਾਹੀਦਾ, ਤਰਕ ਨਾਲ ਗੱਲ ਹੋਣੀ ਚਾਹੀਦੀ ਹੈ। ਸਰਕਾਰ ਕੋਲ ਪੈਸੇ ਬਹੁਤ ਆ, ਤੁਸੀਂ ਉਹ ਕੇਸ ਇਸ ਤਰੀਕੇ ਨਾਲ ਪੇਸ਼ ਕੀਤਾ ਜਾਏ ਕਿ ਸਾਨੂੰ ਜ਼ਮੀਨਾਂ ਦੀ ਦਿੱਕਤ ਨਹੀਂ ਹੈ, ਆਹ ਜਿਹੜੇ ਸਾਨੂੰ ਪੈਸੇ ਆ ਇੰਜ ਚਾਹੀਦੇ ਆ। ਹੁਣ ਆਪਾਂ ਜੇ ਇਹ ਸੋਚੀਏ ਕਿ, ਮੈਂ ਨਹੀਂ ਕਹਿੰਦਾ ਕਿ ਮੈਨੂੰ ਧਰਾਤਲ ਦੀ ਰਿਪੋਰਟ ਨਹੀਂ ਪਤਾ ਹੈ, ਪਰ ਜੇ ਕੁਛ ਆਪਾਂ ਨੂੰ ਇੰਜ ਲੱਗਣ ਲੱਗ ਜਾਏ ਕਿ ਹੁਣ ਆਪਾਂ, ਕਿਉਂਕਿ ਇਹਨਾਂ ਨੇ ਬਣਾਉਣਾ ਤਾਂ ਹੈ ਹੀ ਆ, ਬਾਂਹ ਮਰੋੜ ਕੇ ਵੱਧ ਤੋਂ ਵੱਧ ਜਿੰਨਾ ਕੀਤਾ ਜਾ ਸਕਦਾ, ਕਈ ਵਾਰੀ ਉਹ ਸੋਚ ਵੀ ਆ ਜਾਂਦੀ ਹੈ। ਉਹ ਸੋਚ ਨਹੀਂ ਆਉਣੀ ਚਾਹੀਦੀ। ਆਪਾਂ ਨੇ ਕਨਫਰੰਟੇਸ਼ਨ ਦੇ ਵਿੱਚ, ਕਦੀ ਵੀ ਕਿਸਾਨਾਂ ਦੀ ਐਡਾ ਵੱਡਾ ਅੰਦੋਲਨ ਕਨਫਰੰਟੇਸ਼ਨ 'ਚ ਥੋੜ੍ਹੀ ਤਕੜਾ ਹੋਇਆ ਸੀਗਾ, ਉਹ ਤਾਂ ਸ਼ਾਂਤੀ ਦੇ ਸੰਘਰਸ਼ ਨਾਲ, ਇੱਕ ਦੂਜੇ ਨਾਲ, ਏਕੇ ਨਾਲ ਹੋਇਆ ਸੀ। ਉਸ ਮੂਲ ਮੰਤਰ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਔਰ ਜੋ ਵੀ ਇਹਦਾ ਰਾਹ ਆ, ਮੇਰਾ ਖਿਆਲ ਮਿਲ ਬੈਠ ਕੇ ਕੱਢਣ ਦੀ ਲੋੜ ਹੈਗੀ ਆ। ਰਜਿਸਟੈਂਸ ਮੂਵਮੈਂਟ ਕਰੋ, ਪਰ ਤੁਸੀਂ ਇਸ ਤੱਕ ਨਾ ਚਲੇ ਜਾਏ ਕਿ ਜਿੱਥੇ ਕੋਈ ਵਾਇਲੈਂਸ ਆਵੇ, ਜਿਵੇਂ ਕਿ ਹੁਣ ਸਾਡੇ ਛੰਭੂ ਬਾਰਡਰ 'ਤੇ ਹੋਇਆ ਸੀਗਾ ਮੁੰਡਾ, ਉਹ ਆਪਣਾ ਇੱਕ ਉਹਦੀ ਯੰਗ ਮੁੰਡੇ ਦੀ ਡੈਥ ਹੋ ਗਈ ਸੀ, ਅਤੇ ਮੁੰਡਾ ਤਾਂ ਜਿਹੜੇ ਘਰ ਦਾ ਉੱਜੜ ਗਿਆ, ਉਹ ਤਾਂ ਉੱਜੜ ਹੀ ਗਿਆ, ਬਾਕੀ ਤਾਂ ਬਾਅਦ ਦੇ ਵਿੱਚ ਤਾਂ ਸਾਰੀਆਂ ਰਾਜਨੀਤੀ ਆ, ਜਾਂ ਆਪਾਂ ਉਹਨਾਂ ਨੂੰ ਯਾਦ ਕਰ ਸਕਦੇ। ਬਿਲਕੁਲ, ਕਿਉਂਕਿ ਇਹਨਾਂ ਚੀਜ਼ਾਂ ਨੂੰ, ਇਹਨਾਂ ਹਾਲਾਤਾਂ ਨੂੰ ਸਮਝਣਾ ਪੈਣਾ ਨਾ, ਕਿ ਆਮ ਲੋਕਾਂ ਦੇ ਅੰਦਰ ਕੋਈ ਉਹੋ ਜਿਹੀ ਧਾਰਨਾ ਨਾ ਜਾਏ ਕਿ ਵਾਕਈ ਆਮ ਲੋਕਾਂ ਦੇ ਰੁਜ਼ਗਾਰ ਦੇ ਉੱਤੇ ਵੀ ਸੱਟ ਲੱਗਦੀ, ਆਉਣਾ ਜਾਣਾ ਜਾਂ ਹਾਲਾਤ ਉਹੋ ਜਿਹੇ ਬਣਦੇ ਨੇ ਕਿ ਕੋਈ ਕਹਿੰਦਾ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ, ਚੌਲਾਂ ਨਾਲ ਰੌਲਾ ਫੇਰ ਪੈ ਗਿਆ। ਉਹ ਕਹਿੰਦੇ ਕਿ ਦੂਜੇ ਸੂਬਿਆਂ ਨੂੰ ਜਿਹੜੇ ਭੇਜਣੇ ਨੇ ਉਹਦੇ ਸੈਂਪਲਾਂ ਦੀ ਜਾਂਚ ਦੁਬਾਰਾ ਹੋਇਆ ਕਰੇਗੀ, 2-2 ਵਾਰ ਸ਼ਾਇਦ ਹੋਇਆ ਕਰੇਗੀ। ਇਹ ਮਸਲਾ ਆਖਿਰਕਾਰ ਹੈ ਕਿ ਜੇ ਮਤਲਬ ਕਿ ਅਸੀਂ ਜ਼ਮੀਨੀ ਹਕੀਕਤ ਜਾਣਨਾ ਚਾਹੀਏ ਕਿ ਚੌਲਾਂ 'ਚ ਖਰਾਬੀ ਆਉਣਾ, ਜਾਂ ਕਿ ਕਿਸਾਨਾਂ ਨੂੰ ਕੋਈ ਉਹੋ ਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਸੁਖਵਿੰਦਰ, ਤੁਹਾਨੂੰ ਨਹੀਂ ਲੱਗਦਾ ਵੀ ਜਿੱਥੇ ਇੱਕ ਵਾਰੀ ਦੇ ਕੇ ਸਰਦਾ ਫਿਰ ਦੁੱਗਣੇ ਦੇਣੇ ਪੈਣਗੇ, ਸੈਂਪਲ ਤੇ ਪਾਸ ਕਰਾਉਣੇ ਆ? ਇੱਥੇ ਕਿਹੜੇ ਸਿਸਟਮ ਦੀ ਤੁਸੀਂ ਗੱਲ ਕਰਦੇ ਆ? ਸੈਂਪਲ ਪਾਸ ਕਰਾਉਣੇ ਵੀ ਜਿਹੜਾ ਪਹਿਲੇ ਸੀ ਉਹਨਾਂ ਨੂੰ ਕਿਉਂ ਨਹੀਂ ਫਾਹੇ ਲਾਉਂਦੇ ਤੁਸੀਂ? ਜਿਹਨਾਂ ਦੇ ਪਾਸ ਹੋਏ ਸੈਂਪਲ ਫੇਲ ਹੋਏ ਆ, ਪਹਿਲਾਂ ਉਹਨਾਂ ਨੂੰ ਤੇ ਟੰਗੋ, ਉਹਨਾਂ ਦੀ ਜਵਾਬਦੇਹੀ ਕਰੋ, ਉਹਨਾਂ ਨੂੰ ਸਸਪੈਂਡ ਕਰਕੇ ਇਨਕੁਆਇਰੀ ਕਰੋ ਵੀ ਇਹਨਾਂ ਨੇ ਜਿਹੜੇ ਆ ਸੈਂਪਲ ਉੱਥੇ ਉਹ ਕਹਿ ਰਹੇ ਫੇਲ ਹੋਏ, ਜਾਂ ਉਹ ਸਰਕਾਰ ਦੀ ਗਲਤੀ ਆ, ਉਹ ਝੂਠ ਬੋਲ ਰਹੇ ਆ। ਜੇ ਇੱਥੋਂ ਠੀਕ ਠਾਕ ਚੌਲ ਗਏ ਆ ਤੇ ਉੱਥੇ ਜਾ ਕੇ ਫੇਲ ਕਿਵੇਂ ਹੋ ਗਏ? ਨਾਗਾਲੈਂਡ 'ਚ ਜਾ ਕੇ ਫੇਲ ਕਿਵੇਂ ਹੋ ਗਏ? ਜਾਂ ਕਰਨਾਟਕਾ ਜਾਂ ਹੋਰ ਸੂਬਿਆਂ 'ਚ ਜਾ ਕੇ ਕਿਵੇਂ ਫੇਲ ਹੋ ਗਏ? ਜੇ ਸੱਚੀ ਮੁੱਚੀ ਆਪਾਂ ਗਲਤ ਭੇਜਿਆ ਆ, ਇਨਕੁਆਇਰੀ ਕਰਨੀ ਚਾਹੀਦੀ ਆ, ਤੇ ਇੱਥੋਂ ਪਾਸ ਕਿਹਨੇ ਕੀਤੇ? ਹੁਣ ਕਹਿੰਦੇ ਜੀ 2 ਵਾਰੀ ਪਾਸ ਕਰਾਂਗੇ, ਫਿਰ ਕੱਲ ਨੂੰ ਆਜੂਗਾ 3 ਵਾਰੀ ਕਰਾਂਗੇ, ਉਹਦਾ ਕੀ ਅਰਥ ਕੋਈ ਹੈਗਾ? ਇਹ ਤੇ ਐਵੇਂ ਵੱਧ ਤੋਂ ਵੱਧ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਆ। ਸਿਸਟਮ ਨੂੰ ਠੀਕ ਕਰੋ, ਥੋੜਾ ਇਮਾਨਦਾਰੀ ਤੋਂ ਕੰਮ ਲਓ, 2 ਨੰਬਰੀ ਕੰਮ ਘਟਾਉਣਾ ਚਾਹੀਦਾ, ਪੂਰਾ ਖਤਮ ਤੇ ਕਦੀ ਹੋਣਾ ਨਹੀਂ। ਮੇਰਾ ਤੇ ਇਹੀ ਹੈਗਾ ਕਿ ਇੰਨਾ ਆਪਣੇ ਵੱਡੇ ਪੱਧਰ ਤੇ ਅਸੀਂ ਚੌਲ ਮਸ਼ੀਨਾਂ, ਮੇਰਾ ਖਿਆਲ ਕਈ ਹਜ਼ਾਰ ਰਾਈ ਸੈਲਰ ਲੱਗੇ ਹੋਏ ਆ ਪੰਜਾਬ ਦੇ ਵਿੱਚ, ਬੜੀ ਵੱਡੀ ਇੰਡਸਟਰੀ ਆ, ਇੰਨਾ ਲੋਕਾਂ ਨੂੰ ਕੰਮ ਮਿਲਿਆ। ਸਾਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਸੋਚਣਾ ਚਾਹੀਦਾ ਭਾਈ, ਇਹ ਨਾ ਹੋਏ ਕਿ ਸਾਡਾ ਰੈਪੂਟੇਸ਼ਨ ਇੰਡੀਆ ਦੇ ਵਿੱਚ ਇਹ ਹੋ ਜਾਏ ਤੇ ਮੁੜ ਕੇ ਸਾਨੂੰ ਕੋਈ ਸਾਡੇ ਚੌਲ ਖਰੀਦਣ ਲਈ ਤਿਆਰ ਹੀ ਨਾ ਹੋਏ। ਐਤਕੀ ਇਹ ਉਹਦੀ ਸ਼ੁਰੂਆਤ ਤੁਹਾਨੂੰ ਨਜ਼ਰ ਆ ਹੀ ਰਹੀ ਹੈ। ਸਰਕਾਰ ਪਹਿਲਾਂ ਹੀ ਨਹੀਂ ਚਾਹੁੰਦੀ, ਉਹ ਹੱਥ ਖਿੱਚਣੇ ਚਾਹੁੰਦੀ ਪਿਛਾਂ ਨੂੰ, ਕਿਉਂਕਿ ਦੂਜੇ ਸੂਬਿਆਂ 'ਚ ਵੀ ਚੌਲ ਹੁਣ ਪਹਿਲਾਂ ਨਾਲੋਂ ਜ਼ਿਆਦਾ ਪੈਦਾ ਹੋਣ ਲੱਗ ਗਏ ਆ, ਉਹਨਾਂ ਨੂੰ ਬਹੁਤੀ ਲੋੜ ਨਹੀਂ ਆ, ਉਹ ਤੇ ਬੱਝੇ ਰੁੱਝੇ ਸਾਡੇ ਦਬਾਅ ਥੱਲੇ ਖਰੀਦਣਾ ਚਾਹੁੰਦੇ ਆ, ਕਿਉਂਕਿ ਉਹਨਾਂ ਕੋਲ ਸਟਾਕ ਬਹੁਤ ਪਏ ਆ।
ਬਾਹਰ ਵੀ ਸਾਡੇ ਚੌਲ ਜੇ ਉਸ ਸਟੈਂਡਰਡ ਦੇ ਉਸ ਕੁਆਲਿਟੀ ਦੇ ਨਹੀਂ ਹੈ ਜਿੱਥੇ, ਕਿਉਂਕਿ ਸਪਰੇ ਜੇ ਵੋ ਉੱਥੇ 20 ਕਿਸਮ ਦੇ ਟੈਸਟ ਪਾਸ ਕਰਨੇ ਪੈਂਦੇ ਜਿਹੜੇ ਕਿ ਹੁੰਦੇ ਨਹੀਂ ਕਈ ਵਾਰੀ। ਇਸ ਲਈ ਆਪਾਂ ਤੇ ਡੋਮੈਸਟਿਕ ਕੰਜ਼ੰਪਸ਼ਨ ਲਈ ਆ, ਤੇ ਫਿਰ ਉੱਥੇ ਤੇ ਲੋਕ ਖੁਸ਼ ਹੋਣੇ ਚਾਹੀਦੇ ਆ। ਇਸ ਦੇ ਬਾਰੇ ਸਾਡੇ ਰਾਈਸ ਸੈਲਰ ਜਿਹੜੀ ਐਸੋਸੀਏਸ਼ਨ ਆ ਉਹਨਾਂ ਨੂੰ ਆਪ ਆਪਣੇ ਸੁਧਾਰ ਕਰਨ ਬਾਰੇ ਫੈਸਲੇ ਲੈਣੇ ਚਾਹੀਦੇ। ਅਕਾਲੀ ਦਲ ਦੇ ਵਿੱਚ ਕਹਿੰਦੇ ਫਿਰ ਹਲਚਲ ਹੈ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚਿੱਠੀ ਲਿਖੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ। ਹੁਣ ਉਸ ਚਿੱਠੀ ਦੇ ਮਾਇਨੇ ਕੀ ਸਮਝੀਏ? ਵੈਸੇ ਤਾਂ ਕਈ ਕਹਿ ਦੇਣ ਕਿ ਜੀ ਪ੍ਰੈਸ਼ਰ ਬਣਾਇਆ ਜਾ ਰਿਹਾ, ਪਰ ਹੁਣ ਤਾਂ ਉਹ ਬਿਲਕੁਲ ਮਤਲਬ ਕਿ ਨਿਵਾਣੇ ਹੋ ਕੇ ਕਹਿੰਦੇ ਜੀ ਅਸਤੀਫਾ ਵੀ ਦੇ ਦਿੱਤਾ, ਹੁਣ ਰਹਿ ਕੀ ਗਿਆ ਪਿੱਛੇ ਮਨ ਦਾ ਬੋਝ ਆ, ਉਹ ਹੌਲਾ ਕਿਉਂ ਨਹੀਂ ਕਰ ਦਿੱਤਾ ਜਾਂਦਾ? ਦੇਖੋ ਤੁਸੀਂ ਵੀ ਸਿੱਖਿਆ, ਤੁਸੀਂ ਵੀ ਖਬਰਾਂ ਇੰਨੇ ਸਾਲਾਂ ਤੋਂ ਕਵਰ ਕਰ ਰਹੇ ਹੋ, ਕੋਈ ਇਹਦਾ ਕਾਰਨ ਐਕਸਪਲੇਨੇਸ਼ਨ ਹੋ ਸਕਦੀ ਹੈ? ਜਾਂ ਅਕਾਲ ਤਖਤ ਤੇ ਜਥੇਦਾਰ ਆ ਕੇ ਜਦੋਂ ਇੰਨਾ ਰੌਲਾ ਪਿਆ ਆ ਕੇ ਇੱਕ ਉਹ ਵੀ ਮੀਡੀਆ ਦੇ ਵਿੱਚ ਇੱਕ ਮਿੰਟ ਲਈ ਐਡਰੈਸ ਕਰ ਦੇਣ ਭਾਈ ਸਾਡੇ ਇਹਨਾਂ ਇਹਨਾਂ ਕਾਰਨਾਂ ਕਰਕੇ ਇਹ ਕੁਛ ਆ, ਅਸੀਂ ਅਜੇ ਤਹਿਕੀਕਾਤ ਕਰ ਰਹੇ ਹਾਂ, ਅਸੀਂ ਕਾਨੂੰਨ ਇੰਟਰਨੈਸ਼ਨਲ ਬਰਾਦਰੀ ਤੋਂ ਸਲਾਹਾਂ ਲੈ ਰਹੇ ਹਾਂ ਜਾਂ ਵਕੀਲਾਂ ਤੋਂ ਸਲਾਹਾਂ ਲੈ ਰਹੇ ਹਾਂ ਜਾਂ ਅਸੀਂ ਬਹੁਤ ਸੰਪਰਦਾਇਆਂ ਨੂੰ ਅਜੇ ਕੰਸਲਟ ਕਰੀ ਜਾ ਰਹੇ ਹਾਂ, ਉਹ ਖਤਮ ਹੀ ਨਹੀਂ ਹੋ ਰਹੀਆਂ, ਇਹੋ ਜਿਹੀ ਗੱਲ ਆ ਕੇ ਕੋਈ ਬਿਆਨ ਦੇ ਦੇਣ। ਨਹੀਂ ਤੇ ਜਿਹੜਾ ਬੰਦਾ ਵਿਕਟਿਮ ਆ ਜਾਂ ਜਿਹੜਾ ਪੀੜਿਤ ਆਪਣੇ ਆਪ ਨੂੰ ਪੀੜਿਤ ਸਮਝਦੇ ਆ, ਜਾਣੀ ਬੰਦਾ ਤੇ ਹੈ ਹੀ ਆ ਨਾ, ਕਟਹਿਰੇ 'ਚ ਤੇ ਹੈ ਹੀ ਹੈ। ਹੁਣ ਸੁਖਬੀਰ ਬਾਦਲ ਹਵਾਂ ਤੁਵਾਂ ਤੇ ਹੈ ਨਹੀਂ, ਹੋਵੇ ਕੋ ਲਗੇਸੀ ਦੇ ਵਿੱਚੋਂ ਨਿਕਲਿਆ, ਇੱਕ ਪਾਰਟੀ ਦਾ ਪ੍ਰਧਾਨ ਆ, ਪਹਿਲਾਂ ਵਰਕਿੰਗ ਪ੍ਰਧਾਨ ਬਣਾ ਕੇ ਭੁੰਦੜ ਸਾਹਿਬ ਨੂੰ ਤੇ ਆਪ ਪਰਾਂ ਹੋ ਗਏ, ਲੋਕਾਂ ਨੂੰ ਨਹੀਂ ਲੱਗਾ, ਫਿਰ ਉਹਨਾਂ ਨੇ ਕਿਹਾ ਚੰਗਾ ਮੈਂ ਰਿਜ਼ਾਈਨ ਦੇ ਦਿੰਦੇ, ਰਿਜ਼ਾਈਨ ਤੋਂ ਬਾਅਦ ਨਾਲ ਹੋਰ ਗੱਲ ਕਿੱਥੇ ਤੱਕ ਚਲੇ ਗਈ, ਅਨਿਲ ਜੋਸ਼ੀ ਦੀ ਚਲੇ ਗਈ, ਐਨਕੇ ਦੀ ਸ਼ਰਮਾ ਦੀ ਚਲੇ ਗਈ, ਤੇ ਹੁਣ ਇੱਥੋਂ ਤੱਕ ਜਦੋਂ ਇਹ ਸਾਰਾ ਕੁਝ ਹੋ ਹੀ ਜਾਂਦਾ ਤੇ ਮੇਰਾ ਖਿਆਲ ਹੈ ਕਿ ਜਥੇਦਾਰ ਸਾਹਿਬਾਨਾਂ ਨੂੰ ਬਹੁਤ ਲੇਟ ਨਹੀਂ ਕਰਨਾ ਚਾਹੀਦਾ। ਲੇਟ ਬਹੁਤ ਕੀਤਾ ਗਿਆ ਜਿਹਦਾ ਕੋਈ ਕਾਰਨ ਨਹੀਂ ਸਾਨੂੰ ਬਹੁਤੇ ਨਜ਼ਰ ਆਉਂਦੇ। ਦੂਸਰੀ ਜਿਹੜੀ ਚਰਚਾ ਬੜੀ ਅਹਿਮ ਚੱਲੀ ਆ, ਮੈਨੂੰ ਵੀ ਇੱਧਰ ਉੱਧਰ ਫੋਨ, ਕਈਆਂ ਦੇ ਬੜੇ ਗੁੱਸੇ ਵਾਲੇ ਫੋਨ ਵੀ ਆਉਂਦੇ ਆ ਵੀ ਇੰਜ ਆ। ਮੇਰੀ ਇੱਕ ਤੇ ਹੱਥ ਜੋੜ ਕੇ ਸਾਡੇ ਸਿੱਖ ਸਮੁਦਾਇ ਨੂੰ ਬੇਨਤੀ ਹੈ ਕਿ ਤੁਹਾਡੇ ਸਿੱਖ ਸਫਾਂ ਦੇ ਵਿੱਚ, ਜਾਣੀ ਸਿੱਖ ਜਿਹਨੂੰ ਆਪਾਂ ਪੰਥਿਕ ਸਫਾਂ ਕਹਿੰਦੇ ਹਾਂ, ਇੰਨੀਆਂ ਬਾਹਰੀ ਸ਼ਕਤੀਆਂ ਕਿਸਮ ਦੀਆਂ ਜਿਹਨੂੰ ਡੀਪ ਸਟੇਟ ਵੀ ਕਹਿ ਦਿੰਦੇ ਹਾਂ ਜਾਂ ਏਜੰਸੀਆਂ ਕਹਿ ਦਿੰਦੇ ਹਾਂ, ਉਹ ਹੋਰ ਉਹੋ ਜਿਹੀਆਂ ਸ਼ਕਤੀਆਂ ਘੁਸ ਚੁੱਕੀਆਂ ਆ, ਜੇ ਉਹਨਾਂ ਨੇ ਛਿਨ ਭਿੰਨ ਨਾ ਕਰਕੇ ਰੱਖਤਾ ਤਾਂ ਤੁਸੀਂ ਦੇਖ ਲਓ, ਆਪਾਂ ਜਿਹੜੇ ਬੰਦੇ ਨੂੰ ਫੜਦੇ ਹਾਂ ਜਿਉਂ ਕੁੱਟਣ ਲੱਗਦੇ ਹਾਂ, ਜਿਉਂ ਕੁੱਟਣ ਲੱਗਦੇ ਹਾਂ, ਅਸੀਂ ਇੰਨੇ ਆਪਣੇ ਆਪ ਨੂੰ ਸਾਧੂ ਤੇ ਧਰਮਾਤਮਾ ਦੱਸਦੇ ਹਾਂ ਸਵਾਏ ਆਪਣੇ ਬੰਦਿਆਂ ਨੂੰ 24 ਘੰਟੇ ਨਿੰਦਣ ਤੋਂ, ਉਹ ਵੀ ਮਾੜਾ, ਉਹ ਵੀ ਮਾੜਾ, ਉਹਨੇ ਮਾੜਾ ਕਰਤਾ, ਉਹਨੇ ਮਾੜਾ ਕਰਤਾ, ਸਾਰਿਆਂ ਨੂੰ ਫਾਹੇ ਲਾ ਦਿਓ, ਫਿਰ ਬਾਕੀ ਕੀ ਹੈ? ਕੱਲ ਨੂੰ ਫਿਰ ਜਦੋਂ ਲੋਕਾਂ ਨੇ ਤੈਨੂੰ ਪੁੱਛਣਾ, ਉਹਨਾਂ ਕਹਿਣਾ ਤੂੰ ਵੀ ਮਾੜਾ, ਜਿਹੜਾ ਇਹ ਕਹਿੰਦਾ ਨਾ ਸਭ ਤੋਂ ਵੱਧ ਮਾੜਾ, 20 ਨੁਕਸ ਉਹਦੇ 'ਚ ਵੀ ਕੱਢ ਦੇਣੇ ਆ, ਲੋਕਾਂ ਨੇ ਕਹਿਣਾ ਵੀ ਤੂੰ ਕਿਹੜਾ ਚੰਗਾ ਹੋਏ, ਤੂੰ ਆਹ ਕੀਤਾ ਸੀ, ਫਿਰ ਕੱਢੀ ਚਲੋ ਸਾਰਿਆਂ ਨੂੰ। ਇਕੱਠੇ ਕਿਵੇਂ ਹੋਣਾ? ਸਮਝਦਾਰੀ ਤੋਂ ਕੰਮ ਲਓ। ਕੋਈ ਧਰਮ ਜਾਂ ਕੋਈ ਸਮੁਦਾਇ ਆਪਣਿਆਂ ਨੂੰ ਇੰਨਾ ਨਹੀਂ ਨਿੰਦਦਾ, ਆਪਣਿਆਂ ਨੂੰ ਇੰਨਾ ਸਿਰ 'ਚ ਸਵਾਹ ਨਹੀਂ ਪਾਉਂਦਾ ਜਿੰਨਾ ਅਸੀਂ ਪਾਉਂਦੇ ਹਾਂ। ਇਸ ਲਈ ਆਪਾਂ ਬਿਲਕੁਲ, ਔਰ ਮੀਡੀਆ ਸਵਾਦ ਲੈਂਦਾ, ਔਰ ਉਹ ਨਿੱਕੀ ਜਿਹੀ ਗੱਲ ਹੁੰਦੀ ਆ ਲੈ ਕੇ ਚੱਲ ਪੈਂਦੇ ਆ, ਹੁਣ ਜੀ ਜਥੇਦਾਰ ਦੀ ਹੋ ਰਹੀ ਆ, ਹੁਣ ਜੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇੰਟਰਵਿਊ ਹੋ ਰਹੀ ਆ, ਹੁਣ ਜੀ ਸੁਖਬੀਰ ਬਾਦਲ ਦੀ ਹੋ ਰਹੀ ਆ, ਹੁਣ ਚੀਮਾ ਕਰ ਰਿਹਾ, ਜਵਾਬ ਦੇਈ ਚੱਲੋ, ਸਿਰ ਸੁਭਾਅ ਪਵਾਈ ਚੱਲੋ, ਕਰਦੇ ਕੀ ਹਾਂ ਅਸੀਂ? ਆ ਜੀ ਹੁਣ ਸੁਧਾਰ ਲਹਿਰ ਵਾਲੇ ਜੇ ਹੋਰ ਕੋਈ ਨਹੀਂ ਤੇ ਉਹ 4 ਬਿਆਨ ਦੇ ਦਿੰਦੇ ਆ, ਕੋਈ ਹੋਰ ਉੱਠ ਕੇ ਬਿਆਨ ਦੇ ਦਿੰਦਾ, ਸਵਾਏ ਅਸੀਂ ਖਾਨਾ ਜੰਗੀ ਤੋਂ, ਆਪਸ ਵਿੱਚ ਯੁੱਧ ਕਰਨ ਤੋਂ ਤੇ ਆਪਣੀ ਖਿੱਲੀ ਅਡਵਾਉਣ ਤੋਂ ਕਿ ਲੋਕਾਂ ਨੂੰ ਅਕਲ ਨਹੀਂ ਹੈਗੀ, ਇਹ ਤੇ ਇਕੱਠੇ ਰਹਿ ਹੀ ਨਹੀਂ ਸਕਦੇ, ਇਹ ਤੇ ਕਦੀ ਨਾ ਮਤਲਬ ਇਕੱਠੇ ਰਹਿ ਕੇ ਇੱਕ ਯੂਨੀਫਾਈਡ ਪੋਲੀਟਿਕਸ ਕਰ ਸਕਦੇ, ਆਪਾਂ ਕੀ ਲੋਕਾਂ ਦੇ ਸਾਹਮਣੇ ਨਕਸ਼ਾ ਪੇਸ਼ ਕਰ ਰਹੇ?
ਮੈਂ ਇਸ ਦੁੱਖ ਚੋਂ ਇਸ ਅਫਸੋਸ ਚੋਂ ਜਿਹੜੇ ਕਈ ਬੰਦੇ ਸਾਨੂੰ ਸੁਣਦੇ ਆ ਉਹ ਸਾਨੂੰ ਮੈਨੂੰ ਸਾਨੂੰ ਬਹੁਤ ਕਿੰਤੂ ਪਰੰਤੂ ਕਰਦੇ ਆ ਕਿ ਤੁਸੀਂ ਸ਼ਾਇਦ ਕੋਈ ਧਿਰ ਬਣ ਕੇ ਕਰ ਰਹੇ, ਸਾਡਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਆ, ਸਾਡਾ ਸਿਰਫ ਤੇ ਸਿਰਫ ਇੱਕ ਚੰਗਾ ਗੁਰੂਆਂ ਦਾ ਦਿੱਤਾ ਹੋਇਆ ਫਲਸਫਾ, ਸ਼ਬਦ ਗੁਰੂ ਹੈ, ਉਹ ਸੋਚ ਆ, ਆਪਾਂ ਉਹਨੂੰ ਪਸਾਰਨ ਦੀ ਜਗ੍ਹਾ ਸੰਗੇੜ ਰਹੇ ਹਾਂ, ਔਰ ਜਿੰਨੇ ਕੁ ਬੰਦੇ ਉਹਦੇ ਲੋਕ ਸਾਨੂੰ ਉਹਨਾਂ ਦੇ ਅਨਿਆਈ ਸਮਝਦੇ ਆ ਜਾਂ ਉਹਦੇ ਫਾਲੋਅਰ ਸਮਝਦੇ ਆ ਉਸ ਸੋਚ ਦੇ, ਉਹ ਆਪਸ ਵਿੱਚ ਹੀ ਜੇ ਇੱਕ ਦੂਜੇ ਦੇ ਗੁੱਥਮ ਗੁੱਥਾ 24 ਘੰਟੇ ਮੀਡੀਆ ਦੇ ਵਿੱਚ ਹੋਈ ਜਾਣਗੇ ਤਾਂ ਫਿਰ ਸਾਡੇ ਉਹਨਾਂ ਨੂੰ ਸਾਨੂੰ ਤੇ ਦੁਸ਼ਮਣਾਂ ਦੀ ਲੋੜ ਹੀ ਨਹੀਂ ਹੈ, ਸਾਡੇ ਦੇ ਅੰਦਰ ਹੀ ਬਥੇਰੇ ਇੱਕ ਦੂਜੇ ਨੂੰ ਆ ਧੁੰਮੇ ਦਾ ਐਡਾ ਪਾਤਾ ਪਾਤਾ ਤੇ ਬਿਆਨ ਦੇ ਕੇ ਗੱਲ ਖਤਮ ਕਰਨੀ ਚਾਹੀਦੀ, ਉਹ ਫਿਰ ਉਹ ਰਿੜਕੀ ਜਾਣਗੇ ਗਾਂ ਇੱਕ ਹੋਰ ਬਿਆਨ ਆ ਗਿਆ, ਉਹ ਜੀ ਫਲਾਣਾ ਆ ਜੀ ਉਹ ਢਮਕਾਣਾ ਜੀ, ਮੈਂ ਤੇ 2005 ਵਿੱਚ ਹੀ ਕਿਹਾ ਸੀਗਾ ਕੋਈ ਸ਼ਾਇਦ ਅਮਰੀਕ ਸਿੰਘ ਵੀ ਨਹੀਂ ਜਨਾਲੇ ਵਾਲੇ ਆ, ਉਹ ਆਪਾਂ ਠੀਕ ਆ ਤੁਹਾਡਾ ਆ ਪਰ ਉਹਨੂੰ ਅੰਦਰ ਰਹਿ ਕੇ ਸੁਧਾਰੋ, ਤੁਸੀਂ ਜਿਹੜੇ ਇਹ ਸਮੁਦਾਇ ਹੁੰਦੇ ਆ ਤੁਸੀਂ ਕਦੀ ਕ੍ਰਿਸਚੀਅਨਾਂ ਦਾ ਆਪਸ ਵਿੱਚ ਇੰਨਾ ਰੌਲਾ ਰੱਪਾ ਸੁਣਦੇ ਆ, ਇਸਲਾਮਿਕ ਆਪਣਾ ਇੱਕ ਦੂਜੇ ਨੂੰ ਕੁੱਟਦੇ ਮਾਰਦੇ ਗਾਲਾਂ ਕੱਢਦੇ ਸੁਣਦੇ ਆ, ਤੁਸੀਂ ਸਾਡੇ ਤੇ 24 ਘੰਟੇ ਸਵਾਦ ਹੀ ਇਸ ਗੱਲ ਦਾ ਲੈਂਦੇ ਆ, ਇਸ ਲਈ ਪੋਜ਼ਿਟਿਵ ਹੋ ਨੈਗੇਟਿਵ ਨਾ ਹੋ, ਔਰ ਜਿਹੜੀ ਇਹਨਾਂ ਨੇ ਬੇਨਤੀ ਕੀਤੀ ਆ ਬਾਰ ਬਾਰ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ, ਮੇਰਾ ਖਿਆਲ ਆ ਕਿ ਸਾਡੇ ਸਿੰਘ ਸਾਹਿਬਾਨਾਂ ਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ, ਇਸ ਮਸਲੇ ਨੂੰ ਠੰਡ ਠੰਡੌਲਾ ਕਰਨਾ ਕੱਢਣਾ ਤੇ ਉਹਨੂੰ ਕੱਢ ਦਿਓ, ਜੋ ਤੁਸੀਂ ਕਰਨਾ ਜੋ ਵੀ ਫੈਸਲਾ ਲੈਣਾ ਫੈਸਲਾ ਤੇ ਲਓ, ਜੋ ਤੁਸੀਂ ਕਰਨਾ ਫੈਸਲਾ ਲਓ, ਪਰ ਉਸ ਨਾਲ ਪੰਥਕ ਰਾਜਨੀਤੀ ਪੰਥਕ ਧਿਰ ਤਕੜੀ ਹੋਣੀ ਚਾਹੀਦੀ ਆ, ਕਮਜ਼ੋਰ ਨਹੀਂ ਹੋਣੀ ਚਾਹੀਦੀ, ਇਹੀ ਤੁਹਾਡੀ ਵਿਜ਼ਡਮ ਦਾ ਤੁਹਾਡੇ ਫੈਸਲੇ 'ਚ ਸਬੂਤ ਨਜ਼ਰ ਆਉਣਾ ਚਾਹੀਦਾ। ਅਖੀਰ 'ਚ ਅਡਾਨੀ ਸਾਹਿਬ ਤੋਂ ਵੀ ਚਾਨਣਾ ਪਾ ਦਿਓ, ਕਾਫੀ ਰੌਲਾ ਰੱਪਾ ਪੈ ਰਿਹਾ ਯਾਰ, ਇਹ ਤੇ ਪਹਿਲੀ ਖਬਰ ਲਾਉਣੀ ਸੀਗੀ, ਛੋਟੀ ਗੱਲ ਆ, ਸਭ ਤੋਂ ਵੱਡਾ ਸ਼ੇਰ ਇੱਥੇ ਜਿਹੜਾ ਸਾਡੇ ਕਾਰਪੋਰੇਟ ਸੈਕਟਰਾਂ ਦੇ ਵਿੱਚ ਮਤਲਬ ਤੁਰਿਆ ਫਿਰਦਾ ਉਹਨੂੰ ਹੱਥ ਪਾ ਲਿਆ, ਉਹ ਜਿਹੜੇ ਜਾਰਜ ਸੋਰਸ ਜਾਂ ਉਹ ਪੁਰਾਣੇ ਬੰਦੇ ਹੈਗੇ ਆ, ਉੱਥੇ ਦੇ ਹੁਣ ਕੋਰਟ ਨੇ ਵਰਡਿਕਟ ਦੇਤਾ ਨਾ, ਪਹਿਲਾਂ ਤੇ ਉਂਝ ਐਲੀਗੇਸ਼ਨ ਸੀਗੇ, ਨਿਊਯਾਰਕ ਦੀ ਇੱਕ ਕੋਰਟ ਨੇ ਇਹਨਾਂ ਨੂੰ ਕਹਿਤਾ ਕਿ ਇਹਨਾਂ ਨੇ 2,000 ਕਰੋੜ ਤੋਂ ਵੱਧ ਦਾ ਇੱਥੇ ਦੀਆਂ ਬੰਦਿਆਂ ਨੂੰ ਪੈਸੇ ਦੇ ਦੇ ਕੇ ਸਰਕਾਰੀ ਕੰਟਰੈਕਟ ਲਏ ਆ, ਜਿਹਦੇ ਵਿੱਚ ਜਗਨਨਾਥ ਰੈਡੀ ਮੇਰਾ ਖਿਆਲ ਪਹਿਲਾਂ ਜਿਹੜਾ ਕੀ ਨਾਂ ਸੀ ਉਹਦਾ ਆਂਧਰਾ ਦਾ ਚੀਫ ਮਿਨਿਸਟਰ ਹੋਣ ਤੋਂ ਪਹਿਲਾਂ ਟੀਡੀਪੀ ਵਾਲੇ ਤੋਂ, ਹਾਂ ਜਗਨਮੋਹਨ ਹਾਂ ਜੋ ਵੀ ਹੈ, ਤੇ ਉਹਨਾਂ ਨੇ ਉਹਨਾਂ ਦਾ ਨਾਮ ਵਿੱਚ ਕਾਫੀ ਚਮਕ ਰਿਹਾ, ਤੇ ਹੁਣ ਇਹਦੇ 'ਚ ਮੇਰਾ ਖਿਆਲ ਹੈ ਕਿ ਛੱਤੀਸਗੜ੍ਹ ਦਾ ਉੜੀਸਾ ਦਾ ਤਾਮਿਲਨਾਡੂ ਦਾ ਇਹ 4 ਜਗ੍ਹਾ ਤੇ ਮੋਟੇ ਪੈਸੇ, ਯਾਨੀ ਸਰਕਾਰੀ ਸਰਕਾਰ ਨੂੰ ਬਿਜਲੀ ਵੇਚੀ ਆ ਪ੍ਰਾਈਵੇਟਲੀ ਪੈਦਾ ਕੀਤੀ ਆ, ਤੇ ਉਹ ਕਹਿੰਦੇ ਕਿ ਮੋਟੇ 2,000 ਕਰੋੜ ਰੁਪਇਆ ਇੱਧਰ ਉੱਧਰ ਦੇ ਕੇ, ਤੇ ਪੈਸਾ ਕਈ 1,000 ਕਰੋੜ ਰੁਪਇਆ ਉਹਨਾਂ 'ਚੋਂ ਲਗਾਤਾਰ ਹੁਣ ਪ੍ਰੋਫਿਟ ਬਣਾ ਲਿਆ, ਜਿਹੜੀ ਬਿਜਲੀ ਸੁਣ ਲਓ ਕੀ ਆ ਸਕੈਂਡਲ ਕੀ ਆ, ਜਿਹੜੀ ਬਿਜਲੀ ਮਾਰਕੀਟ ਵਿੱਚ ਸਰਕਾਰਾਂ ਨੂੰ ਪਬਲਿਕ ਸੈਕਟਰ ਦੇ ਜਿਹੜੀਆਂ ਸਾਡੀਆਂ ਡਿਸਕੌਮ ਹੈਗੀਆਂ ਡਿਸਟ੍ਰੀਬਿਊਸ਼ਨ ਏਜੰਸੀ ਜਿਹੜੀਆਂ ਸਾਡੇ ਸੈਕਟਰ ਹੈਗਾ 1.99 ਯਾਨੀ 1 ਪੈਸਾ ਘੱਟ 2 ਰੁਪਈਏ ਯੂਨਿਟ ਮਿਲਦੀ ਸੀ, ਇਹਦੇ ਕੋਲੋਂ 2.49 ਰੁਪਏ ਯਾਨੀ 1 ਪੈਸਾ ਘੱਟ 2.5 ਰੁਪਈਏ, ਇਹਦਾ ਮਤਲਬ 98 ਯਾਨੀ 50 ਪੈਸੇ ਮਹਿੰਗੀ ਖਰੀਦੀ ਇੱਕ ਯੂਨਿਟ ਪਿੱਛੇ, ਤੁਸੀਂ ਹਿਸਾਬ ਲਾ ਲਓ ਕਿ 1,000 ਕਰੋੜਾਂ 'ਚ ਉਹ ਪੈਸਾ ਇਹਨੂੰ ਫਾਇਦਾ ਪਹੁੰਚਾ ਤਾ, ਇਹ ਆ ਜੀ ਤੁਹਾਡੀ ਤਰੱਕੀ ਦੇ ਵਿਕਾਸ, ਉਹ ਰਾਹੁਲ ਕਹਿੰਦਾ ਕਿ ਇਹਨੂੰ ਜੇਲ੍ਹ 'ਚ ਦਿਓ ਤੇ ਇਹਨੂੰ ਬਚਾ ਰਿਹਾ ਵਾ ਮੋਦੀ, ਤੇ ਪਹਿਲੇ ਕੇਸ ਦਾ ਜਿਹੜਾ ਆ ਉਹ ਜਿਹੜੀਆਂ ਇਨਕੁਆਇਰੀਆਂ ਹਰਦੀਪ ਸਿੰਘ ਨਿੱਜਰ ਵਾਲੀਆਂ
ਉਹ ਅਮਿਤ ਸ਼ਾਹ ਤੱਕ ਤੇ ਪਹੁੰਚਾ ਹੀ ਦਿੱਤੀਆਂ, ਹੁਣ ਹੌਲੀ ਹੌਲੀ ਪ੍ਰਧਾਨ ਮੰਤਰੀ ਵੱਲ ਨੂੰ ਵੀ ਉਹ ਖਿਸਕ ਰਹੇ ਆ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਵਿਦੇਸ਼ ਦੇ ਵਿੱਚ ਪੋਲਿਟਿਕਸ ਵੈਸਟ ਤੇ ਅਮਰੀਕਾ ਤੇ ਕੈਨੇਡਾ 'ਚ ਖਾਸ ਕਰਕੇ ਇੰਡੀਆ ਪ੍ਰਤੀ ਚੱਲ ਰਹੀ ਹੈ, ਉਹ ਹਾਲ ਦੀ ਘੜੀ ਤੇ ਸਖਾਵੀਂ ਨਹੀਂ। ਜਦੋਂ ਟਰੰਪ ਆ ਜਾਂਦਾ ਪਤਾ ਨਹੀਂ ਕੁਛ ਹਵਾ ਸ਼ਾਇਦ ਬਦਲ ਜਾਏ, ਪਰ ਅੱਜ ਅਡਾਨੀ ਦੇ ਸ਼ੇਅਰ ਜਿੰਨੇ ਥੱਲੇ ਨੂੰ ਡਾਊਨ ਕੀ ਗਏ ਆ, ਉਦੋਂ ਤੱਕ ਸਾਨੂੰ ਦੇਖਣ ਨੂੰ ਇਹ ਮਿਲ ਰਿਹਾ ਕਿ ਕਿਤੇ ਨਾ ਕਿਤੇ ਸ਼ਾਇਦ ਦਾਲ 'ਚ ਕਾਲਾ ਤਾਂ ਹੋਏ। ਸ਼ੁਕਰੀਆ ਬਬੈਸ ਸਾਹਿਬ, ਤੁਹਾਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।